ਨਾ ਭਾਈ ਮੇਰਾ ਜਸ਼ਨਪ੍ਰੀਤ ਸਿੰਘ ਆ, ਆਪਣੀ ਵੱਲਾ ਫਾਰਮੇਸੀ ਜੋ ਪਬਲਿਕ ਫਾਰਮੇਸੀ ਜੋ ਕਿ ਵੱਲੇ ਬਾਈਪਾਸ ਮੇਹਤਾ ਰੋਡ 'ਤੇ ਸਥਿਤ ਆ। ਤਕਰੀਬਨ 9:20 ਦੇ ਉੱਤੇ ਤਿੰਨ ਮੋਟਰਸਾਈਕਲ ਜੋ ਕਿ CCTV ਫੁਟੇਜ ਦੇ ਵਿੱਚ ਆਪਾਂ ਦੇਖਿਆ ਵਾ, ਤਿੰਨ ਮੋਟਰਸਾਈਕਲ ਉਹਨਾਂ ਦੇ ਦੋ ਦੋ ਵਿਅਕਤੀ ਸਵਾਰ ਸੀ, ਜਿਨ੍ਹਾਂ ਵਿੱਚੋਂ ਇੱਕ ਇੱਕ ਵਿਅਕਤੀ ਤਿੰਨ ਵਿਅਕਤੀ ਟੋਟਲ ਦੁਕਾਨ ਦੇ ਅੰਦਰ ਐਂਟਰ ਹੁੰਦੇ ਆ, ਯਾਨੀ ਕਿ ਇੱਕ ਦੇ ਕੋਲ ਵੈਪਨ ਸੀ। ਉਹ ਵੈਪਨ ਵਾਲੇ ਨੇ ਸਿੱਧਾ ਆਣ ਕੇ ਵੈਪਨ ਸਾਡੇ ਉੱਤੇ ਤਾਣਦਾ ਏ ਅਤੇ ਸਾਨੂੰ ਕਹਿੰਦਾ ਜੋ ਵੀ ਤੁਹਾਡੇ ਕੋਲ ਸਮਾਨ ਹੈਗਾ ਵਾ ਤੁਸੀਂ ਕੱਢ ਦਿਉ। ਅਤੇ ਇੱਦਾਂ ਕਰਦੇ ਕਰਦੇ ਮੈਂ PC 'ਤੇ ਬੈਠ ਕੇ ਕੋਈ ਕੰਮ ਕਰ ਰਿਹਾ ਸੀ, ਜਦਕਿ ਮੈਂ ਫਿਰ ਖੜ੍ਹਾ ਆ। ਖੁਦ ਹੀ ਆਣ ਕੇ ਉਹਨੇ ਗੱਲੇ ਨੂੰ ਚੈੱਕ ਕੀਤਾ, ਗੱਲੇ ਦੇ ਵਿੱਚ 45 ਤੋਂ 45 ਹਜ਼ਾਰ ਰੁਪਏ ਕੈਸ਼ ਪਿਆ ਸੀ, ਜੋ ਕਿ ਉਹਨੇ ਆਪਣੀ ਜੇਬ ਦੇ ਵਿੱਚ ਪਾ ਲਿਆ। ਜਦਕਿ ਬਾਅਦ ਵਿੱਚ ਕਹਿਣ ਲੱਗਾ ਕਿ ਮੈਨੂੰ ਆਪਣੇ ਪਰਸ ਵੀ ਚੈੱਕ ਕਰਾਓ। ਮੇਰਾ ਸਾਥੀ ਉਹਦੇ ਕੋਲ ਪਰਸ ਨਹੀਂ ਹੈਗਾ ਜੀ, ਮੇਰੇ ਕੋਲ ਪਰਸ ਪਿਆ ਸੀ, ਜਦਕਿ ਮੇਰੇ ਪਰਸ ਦੇ ਵਿੱਚ ਵੀ 10 ਹਜ਼ਾਰ ਰੁਪਇਆ ਮੇਰਾ ਆਪਣਾ ਸੀ, ਜਦਕਿ ਉਹ ਵੀ ਲੈ ਗਏ। ਕਾਰਵਾਈ ਆਪਾਂ ਇਹੀ ਕਰਦੇ ਪੁਲਿਸ ਨੂੰ ਛੇਤੀ ਇਹਨਾਂ ਨੂੰ ਫੜ ਕੇ ਸਾਡੇ, ਕਿਉਂਕਿ ਪਹਿਲਾਂ ਵੀ ਇਹ ਤੋਂ ਮਹੀਨਾ ਪਹਿਲਾਂ ਹੀ ਇਹੋ ਜਿਹੀ ਇੱਥੇ ਚੋਰੀ ਹੋ ਗਈ ਸਾਡੇ ਇੱਥੇ, ਮੈਂ ਉਹਦੀ FIR ਵੀ ਦਰਜ ਕਰਵਾਈ ਹੈ ਪਹਿਲਾਂ ਪੁਲਿਸ ਕੋਲ, ਅਤੇ ਪੁਲਿਸ ਨੇ ਉਹ FIR ਵਾਪਸ ਲੈ ਲਈ ਸੀ, ਕਿਉਂਕਿ ਸਾਨੂੰ ਸਾਡਾ ਸਮਾਨ ਜੋ ਮਿਲ ਗਿਆ ਸੀ ਆਪਾਂ ਚਲੋ ਪੁਲਿਸ ਦੇ ਕਰਕੇ ਵਾਪਸ ਲੈ ਲਈ, ਵੀ ਚਲੋ ਕੋਈ ਗੱਲ ਨਹੀਂ ਬਾਅਦ ਵਿੱਚ ਹੈ ਨਾ ਲੈ ਲਾਂਗੇ। ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਪੁਲਿਸ ਨੂੰ ਇਹ ਸਾਰੀ ਸਬੂਤ ਆਪਾਂ CCTV ਫੁਟੇਜ ਪੁਲਿਸ ਨੇ ਵੀ ਖੰਗਾਲੀ ਆ, ਪੁਲਿਸ ਨੇ ਇਹ ਭਰੋਸਾ ਦਵਾਇਆ ਵੀ ਜਲਦੀ ਤੋਂ ਜਲਦੀ ਆਪਾਂ ਇਹਨਾਂ ਨੂੰ ਫੜ ਲਵਾਂਗੇ। ਪਰ ਦੇਰ ਰਾਤ ਜਦੋਂ ਇਹ ਲੁੱਟ ਹੁੰਦੀ ਹੈ, ਕਿਉਂਕਿ ਸਾਹਮਣੇ ਬਾਈਪਾਸ ਆ ਤਾਂ ਬਹੁਤ ਜਿਹੜਾ ਲੋਕ ਆਉਂਦੇ ਨੇ ਤਾਂ ਕੋਈ ਵੀ ਨਹੀਂ ਇੱਥੇ ਆਇਆ ਰਾਤੀ ਸਰ? ਨਹੀਂ, ਰਾਤੀ ਇਹ ਸੀ ਕਿ ਇੱਕ ਬੱਦਲ ਕਰਕੇ ਘੁੱਪ ਹਨੇਰਾ ਸੀ ਅਤੇ ਟ੍ਰੈਫਿਕ ਦੀ ਆਵਾਜਾਈ ਵੀ ਆਟੋਮੈਟਿਕਲੀ ਉੱਦਾਂ 'ਤੇ ਸੜਕ ਚੱਲਦੀ ਰਹਿੰਦੀ, ਵੈਸੇ ਟ੍ਰੈਫਿਕ ਦੀ ਆਵਾਜਾਈ ਵੀ ਉਸ ਟਾਈਮ ਥੋੜ੍ਹੀ ਮੱਧਮ ਹੋ ਗਈ ਸੀ, ਜਿਸ ਕਰਕੇ ਥੋੜ੍ਹਾ ਉਹਨਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ, ਤਾਂ ਕਰਕੇ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੂੰ ਸਭ ਕੁਝ ਦਿੱਤਾ ਗਿਆ ਵਾ, ਪੁਲਿਸ ਨੂੰ ਮੈਂ ਪਿਛਲੀ ਵਾਰੀ ਜਦੋਂ ਇੱਥੇ ਚੋਰੀ ਹੋਈ ਮੈਂ ਉਦੋਂ ਵੀ ਇਹੀ ਕਹਿ ਗਿਆ ਵੀ ਸਰ ਇੱਥੇ ਪੈਟਰੋਲਿੰਗ 'ਤੇ ਇੱਕ ਜਾਂ ਦੋ ਵਾਰ ਦੋ ਪੁਲਿਸ ਵਾਲੇ ਕੋਈ ਆਇਆ ਕਰਨ, ਇੱਕ ਜਾਂ ਦੋ ਵਾਰ ਰਾਤ ਦੇ ਵਿੱਚ ਉਹਨਾਂ ਵੱਲੋਂ ਇਹ ਕੋਈ ਢਿੱਲੀ ਕਾਰਗੁਜ਼ਾਰੀ ਉਹਨਾਂ ਦੀ, ਇਸੇ ਕਰਕੇ ਜੋ ਕਿ ਮਹੀਨੇ ਦੇ ਅੰਦਰ ਫਿਰ ਸਾਡੀ ਦੂਜੀ ਵਾਰਦਾਤ ਹੋਈ। ਥਾਣਾ ਸਰ ਇੱਥੋਂ 200 ਮੀਟਰ 'ਤੇ, 200 ਮੀਟਰ 'ਤੇ, ਯਾਨੀ ਕਿ ਆ 2 ਮਿੰਟ ਦਾ ਰਾਹ ਪੈਦਲ ਹੀ। ਲੱਗਦਾ ਕਿ ਉਹਨਾਂ ਦੀ ਬਹੁਤ ਵੱਡੀ ਨਾਕਾਮੀ ਸਰ ਇਹੀ, ਜਦਕਿ ਉਹਨਾਂ ਨੂੰ ਪਿਛਲੀ ਵਾਰੀ ਉਹਨਾਂ ਨੂੰ FIR ਦੋ ਵਾਰ ਇੱਥੇ ਚੋਰੀ ਹੋਣ ਦੇ ਬਾਵਜੂਦ ਵੀ ਉਹਨਾਂ ਵੱਲੋਂ ਕੋਈ ਐਕਸ਼ਨ ਸਖ਼ਤ ਨਹੀਂ ਲਿੱਤਾ ਗਿਆ, ਇਸੇ ਕਰਕੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਂਜੀ, CCTV ਫੁਟੇਜ ਦੇ ਵਿੱਚ ਤੁਸੀਂ ਦੇਖ ਸਕਦੇ ਜੇ 3 ਮੋਟਰਸਾਈਕਲ ਆਉਂਦੇ ਜਿਨ੍ਹਾਂ ਦੇ ਉੱਤੇ ਟੋਟਲ ਮੋਟਰਸਾਈਕਲ ਉੱਤੇ ਦੋ ਦੋ ਵਿਅਕਤੀ ਸਵਾਰ ਸੀ, ਟੋਟਲ 6 ਵਿਅਕਤੀ ਸਵਾਰ ਸੀ। ਤਾਂ ਕੋਈ ਤੁਹਾਨੂੰ ਪਹਿਚਾਣ ਹੈਗੀ ਨੌਜਵਾਨ ਜਿਹੜੇ ਇੱਥੇ ਆਉਂਦੇ? ਸਰ ਨਹੀਂ, ਜੇ ਦੇਖਿਆ ਹੁੰਦਾ ਕਦੇ ਤਾਂ ਭਾਵੇਂ ਮਾਸਕ ਕੀ ਭਾਵੇਂ ਪੂਰਾ ਭਾਵੇਂ ਅੱਖਾਂ ਹੀ ਦੇਖਦੀ ਹੁੰਦੀਆਂ, ਅਸੀਂ ਪਛਾਣ ਲੈਣੀ ਸੀ, ਬਟ ਇਹ ਕਿ ਕਦੀ ਦੇਖੀ ਨਹੀਂ ਸੀ।